ਹੈਲੋ ਜੀ ਸ਼ਤਿ ਸ਼੍ਰੀ ਅਕਾਲ ਤੂਰ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਇੱਥੇ ਗੁਰਮਨਜੋਤ ਹੋਰਾਂ ਪੀਚੋ ਖੇਡ ਰਹੀਆਂ ਨੇ ਤੇ ਗੁਰਮਨ ਹੋਰਾਂ ਨੂੰ ਤਾਂ ਖੇਡਣੀ ਆਉਂਦੀ ਹੈ ਜੀ ਪੀਚੋ ਪਰ ਅਨੰਤ ਨੂੰ ਨਹੀਂ ਆਉਂਦੀ ਕੁਸ਼ੇ ਬਸ ਐਵੇਂ ਦੀਆਂ ਖੇਡਾਂ ਦੇ ਵਿੱਚ ਮਸਤੀ ਹੀ ਕਰਦਾ ਕੋਈ ਵੀ ਖੇਡ ਖੇਡਦਾ ਹੋਵੇ ਜਿਆਦਾ ਮਸਤੀ ਹੀ ਕਰਦਾ ਇਹ ਗੁਰਮਨਤਾ ਬਹੁਤ ਸੋਹਣਾ ਖੇਡ ਰਹੀ ਹੈ ਆਪਾਂ ਨੇ ਵੀ ਸਾਰਿਆਂ ਨੇ ਬਚਪਨ ਵਿੱਚ ਇਹ ਖੇਡ ਜ਼ਰੂਰ ਖੇਡੀ ਹੋਣੀ ਕਿਉਂਕਿ ਉਦੋਂ ਇਹ ਜ਼ਿਆਦਾ ਮੋਬਾਈਲਾਂ ਦਾ ਟਾਈਮ ਨਹੀਂ ਸੀਗਾ ਬਸ ਟੀਵੀ ਹੁੰਦੇ ਸੀਗੇ ਉਹ ਵੀ ਬਹੁਤ ਘੱਟ ਦੇਖਦੇ ਹੁੰਦੇ ਸੀ ਕਿਉਂਕਿ ਹੁਣ ਤਾਂ ਦੇਖੋ ਟੀਵੀ ਤੇ ਚੈਨਲ ਹੀ ਬਹੁਤ ਜ਼ਿਆਦਾ ਚੱਲਣ ਲੱਗੇ ਉਦੋਂ ਤਾਂ ਡੀਡੀ 1 ਚੱਲਦਾ ਹੁੰਦਾ ਸੀ ਜਾਂ ਉਹਨੂੰ ਡੀਡੀ 2 ਕਹਿ ਦਿੰਦੇ ਸੀਗੇ ਇੱਕ ਹੋਰ ਚੈਨਲ ਹੁੰਦਾ ਸੀ ਜਾਂ ਫਿਰ ਜਲੰਧਰ ਦੂਰਦਰਸ਼ਨ ਕੇਂਦਰ ਚੱਲਦਾ ਹੁੰਦਾ ਸੀ ਖੋਰ ਉਦੋਂ ਜਿਆਦਾ ਚੈਨਲ ਨਹੀਂ ਚੱਲਦੇ ਹੁੰਦੇ ਸੀ ਇਸ ਕਰਕੇ ਬੱਚੇ ਐਵੇਂ ਦੀਆਂ ਖੇਡਾਂ ਖੇਡਦੇ ਹੁੰਦੇ ਸੀ ਪਰ ਹੁਣ ਤਾਂ ਜਾਂ ਤਾਂ ਬੱਚੇ ਟੀਵੀ ਤੇ ਬੈਠੇ ਰਹਿੰਦੇ ਨੇ ਕਾਰਟੂਨ ਦੇਖੀ ਜਾਂਦੇ ਨੇ ਜਾਂ ਫਿਰ ਮੋਬਾਈਲ ਫੜ ਲੈਂਦੇ ਨੇ ਉਹਦੇ ਵਿੱਚ ਗੇਮਾਂ ਖੇਢੀ ਜਾਂਦੇ ਨੇ ਪਰ ਇਹ ਖੇਡ ਵੀ ਖੇਡਣੀ ਬਹੁਤ ਜ਼ਰੂਰੀ ਹੈ ਜੀ ਇਹਦੇ ਨਾਲ ਦੇਖੋ ਆਪਣੀ ਕਸਰਤ ਹੁੰਦੀ ਹੈ ਬੱਚੇ ਥੋੜਾ ਇੱਕ ਦੂਜੇ ਨਾਲ ਰਲ ਕੇ ਖੇਡਦੇ ਨੇ ਪੀਚੋ ਕਈ ਤਰ੍ਹਾਂ ਦੀ ਹੁੰਦੀ ਹੈ ਜੀ ਦੇਖੋ ਜਿਵੇਂ ਇੱਕ ਜਹਾਜ਼ ਪੀਚੋ ਹੁੰਦੀ ਹੈ ਇੱਕ ਘੜਾ ਘੜੇ ਜੇ ਬਣਾ ਕੇ ਗੋਲ-ਗੋਲ ਜੇ ਫੇਰ ਪੀਚੋ ਖੇਢੀ ਜਾਂਦੀ ਹੈ ਉਹਨੂੰ ਘੜਾ ਪੀਚੋ ਕਹਿੰਦੇ ਸੀਗੇ ਅਸੀਂ ਤਾਂ ਬਹੁਤ ਖੇਢੀ ਆ ਇਹ ਪੀਚੋ ਇਹ ਅਨੰਤ ਨੂੰ ਨਹੀਂ ਖੇਢਣੀ ਆਉਂਦੀ ਤਾਂ ਦੋਏ ਪੈਰ ਲੱਗ ਜਾਂਦੇ ਨੇ ਕਿ ਜਿੱਥੇ ਖੜਦਾ ਇਹ ਬਚਪਨ ਦੀ ਵੀ ਜੀ ਇੱਕ ਅਲੱਗੇ ਮौज ਹੁੰਦੀ ਹੈਗੀ ਕਿਉਂਕਿ ਬਚਪਨ ਹੈ ਜਿਹੜਾ ਇਹ ਫੇਰ ਨਹੀਂ ਆਉਣਾ ਦੁਬਾਰਾ ਇਹਨੂੰ ਚੰਗੀ ਵਧੀਆ ਇੰਜੋਏ ਕਰਨਾ ਚਾਹੀਦਾ ਟੀਵੀ ਤੇ ਬੈਠ ਕੇ ਵੇਸਟ ਨਹੀਂ ਕਰਨਾ ਚਾਹੀਦਾ ਇਹ ਵੀ ਜ਼ਰੂਰੀ ਹੈ ਨਾ ਕਿ ਖੇਡਣਾ ਬੱਚਿਆਂ ਲਈ ਇਸ ਕਰਕੇ ਮੈਂ ਅੱਜ ਛੋਟਾ ਜਿਹਾ ਬਲੌਗ ਇਸੇ ਲਈ ਪਾਇਆ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਜੀ ਮਿਲਦੇ ਹਾਂ ਕਿਸੇ ਨੈਕਸਟ ਬਲੌਗ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ